आपने देखिए अंतर चंद्रा प्रसाद
ਸਿੰਘ ਜੀ ਸਮੇਤ
दिया जिन धर्मदा वाक दिया उताए वाक श्री सतुराम सन सच्चे पातशाह जब तुम यह जड़ाए झूठ का जमा श्री सतगुरु हरि सिंह जी सिमरी अर टुटी नहीं मिलाए सतगुरु प्रताप सिंह वडे प्रताप वाले कामसुन जामी जी ना पति गुस्सो सो नाम वाली का प्रवाह दिया तराए सतगुरु जी सफाई होना सहाय गुरा के चार साहब जाते पंच प्यारे चाली मुक्ति रसी श्री चैतन्य वाई वाल ध्यान दार आपका नाम चितावे सतगुरु जी पातशाह हरि सरब जीवा दो है धर्म करो सिखी सिर को अक्ष देव को के नाम ये पातशाह तक की ने धर्मता महा देश का नाश कर संस्कार से राज कर नौकरी से कट को दूर कर मुझे की तेरा नाम से भी गुरु दिया रही ना सब पूरा आंख में सच्ची पातशाह हरी प्रार्थना आप जी के चरणा मिली निवास सदा धर्म बन जाता सब पूरा आंख में सच्ची पातशाह आप जी प्यारियां संतान कतर हो के आप जी के नाम का सेवन किया आप जी के दर्शन आप जी के कथाओं ये से पा करके हृदय से सुनी सतगुरु सिंह सच्चे पातशाह आप जी दर करते से तुम्हारा पवित्र कौर ये स्वाद रूप में तिराने कर गए सच्चे पातशाह उन्होंने जीवात्मा नु अपने चरणा में निवास बख्शना पिछे परिवार विच सुख वरतावनी पाणा लगन की शक्ति बछनी सच्चे पातशाह उन्होंने परिवार वालों उन्होंने निवित एक सलाल पाठ करवा के गोप पाया इसका फल उन्होंने जीवात्मा नु मिले एक पाठ ਦੇ ਪਰਿਵਾਰ ਵੱਲੋਂ ਸੰਤ ਪਿਆਰਾ ਸਿੰਘ ਜੀ ਦੇ ਨਿਵੇਚ ਇੱਕ ਪਾਠ ਸਰਦਾਰ ਸੰਤੋਖ ਸਿੰਘ ਜੀ ਦੇ ਨਿਵੇਚ ਸਵਰਨ ਸਿੰਘ ਜੀ ਵੱਲੋਂ ਇੱਕ ਪਾਠ ਸਰਦਾਰ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਰਣਜੀਤ ਸਰਦਾਰ ਰਣਜੀਤ ਸਿੰਘ ਦੇ ਨਿਵੇਚ ਇੱਕ ਪਾਠ ਸਰਦਾਰ ਪ੍ਰੇਮ ਸਿੰਘ ਜੀ ਗੱਦੀ ਵਾਸਤੇ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਖਾਂ ਨੇ ਪਾਠ ਕਰਾਇਆ ਨੇ ਤਿੰਨਾਂ ਨੂੰ ਗੁਰਸਿੱਖੀ ਦਾ ਦਾਨ ਬਖਸ਼ਣਾ ਆਪਣੇ ਚਰਨਾਂ ਦਾ ਸਿਰ ਭਰੋਸਾ ਬਖਸ਼ਣਾ ਵੱਧ ਘੱਟ ਪੁਲਾ ਕਿੰਨਾ ਬਖਸ਼ਣਾ ਬਾਣੀ ਸੱਚਖੰਡ ਚਰਨ ਕਮਲਾ ਪ੍ਰਵਾਨ ਕਰੋ ਸਤਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਦੀਆਂ ਭੇਜੀਆਂ ਰਤਾਂ ਵਿੱਚੋਂ ਬੜਾ ਪ੍ਰਸ਼ਾਦ ਮੁਰਤੀ ਦੇ ਤਿਆਰ ਆਪ ਜੀ ਕੋ ਭੋਗ ਲੱਗੇ ਤੀਰ ਪ੍ਰਸਾਦ ਤੇਰੀ ਸੰਤ ਕੋ ਮਿਲੇ ਜੋ ਜੀ ਛਕੇ ਸੋ ਤੇਰਾ ਨਾਮ ਜਪੇ ਤੁਰ ਪੁਨਾਰੇ ਵਰਤਨ ਆਪ ਸ੍ਰੀ ਨਾਮ ਸਾਈ ਰੱਖ ਲੈ ਬਖਸ਼ ਲੈ ਦੇ ਕਰ ਜੋ ਦਾ ਸ੍ਰੀ ਸਤਿਗੁਰੂ ਨਾਮ ਕੋ ਜਿਤਲਾ ਤੇ ਮਾਣੇ ਸੁਵਨ ਜੋ ਦੱਸ ਦਿੱਤਾ
ਜਿਵੇਂ ਪੂਰਾ ਗੱਲ ਹੋ ਗਿਆ ਅਤੇ ਸਿੱਖਾਂ ਨੂੰ ਇਹ ਬੁਰੀ ਗੱਲ ਆ ਗਈ ਕਿ ਅਸੀਂ ਬੜੇ ਜੰਗਜੂ ਆਦਮੀ, ਬੜੇ ਲੜਾਕੇ ਆਦਮੀ, ਬੜੀ ਫੌਜ ਸਾਡੇ ਬੜੇ ਤਕੜੇ ਨੇ, ਦੌੜੇ 'ਤੇ ਅਸੀਂ ਬੜਾ ਜੰਗ ਕਰਕੇ ਜਿਸਨੂੰ ਦੁਸ਼ਮਣ ਨੂੰ ਖੜ੍ਹੇ ਕਰ ਦਿੰਦੇ ਹਾਂ। ਉੱਥੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਥੋੜ੍ਹਾ ਜਿਹਾ ਚਿਰ ਉਹਨਾਂ ਕੋਲ ਗੋਲੀ ਹੋ ਗਿਆ, ਜਿਹੜਾ ਬਹਿ ਕੇ ਪਛਾਣ ਕੇ ਅਤੇ ਉਹਨਾਂ ਦੀ ਯਾਦ ਸੀ ਮੇਰੇ ਮਾਰ ਪੈਣ ਲੱਗੀ। ਫਿਰ ਭੱਜ ਕੇ ਸਰਦਾਰ ਕੋਲ ਆਏ, ਗੁਰੂ ਜੀ ਪਾਤਸ਼ਾਹ ਸਾਡੇ ਕਿਰਪਾ ਕਰੋ, ਉਹਨਾਂ ਕਹਿੰਦੇ ਤੁਸੀਂ ਬੜੇ ਬਾਹਰ ਜਾਓ ਹਜੇ ਲਗਾ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਵਾਸਤੇ ਗੋਪੀਆਂ ਨੇ ਮੰਨ ਲਿਆ ਕੋਈ ਹੁਣੇ ਸਾਡੇ ਵਾਸਤੇ ਹੋ ਗਿਆ। ਭਗਵਾਨ ਕ੍ਰਿਸ਼ਨ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਕਿਸੇ ਦੇ ਵਾਸਤੇ ਨਹੀਂ ਹੁੰਦਾ। ਭਗਵਾਨ ਰੋਗ ਹੋ ਗਏ ਅਤੇ ਉਹ ਫਿਰ ਬਹੁਤ ਤਰਲੇ ਕਰਦੀਆਂ ਨੇ, ਤਰਲੇ ਕਰਦਿਆਂ ਕਰਦਿਆਂ ਉਹਨਾਂ ਨੇ ਵਾਸਤੇ ਪਾਏ ਸਾਡੇ ਉਸਦੇ ਭਗਤਾਂ ਦਾ ਵਾਸਤਾ ਪ੍ਰਗਟ ਹੋਇਆ, ਦੁਆਪਰ ਦਾ ਸਾਰੇ ਵਾਸਤੇ ਪਾਏ ਭਗਵਾਨ ਨਾ ਪ੍ਰਗਟ ਹੋਏ। ਜਦੋਂ ਸਾਧੂ ਦੇ ਭਗਤਾਂ ਦਾ ਵਾਸਤਾ ਪਾਇਆ ਤਾਂ ਭਗਵਾਨ ਪ੍ਰਗਟ ਹੋਏ। ਉਹਨਾਂ ਨੇ ਆਖਿਆ ਵੀ ਆਪਣੀ ਗੱਲ ਤੋਂ ਸਾਡੇ ਕੇ ਪੁੱਛਿਆ ਨੇ ਗੁਰੂ ਜੀ ਦੱਸੋ ਵੀ ਸਤਯੁਗ ਦੇਵਤਾ ਦੁਆਪਰ ਕਿਹੜੇ ਉਮਰਾਂ ਅਤੇ ਕਿੰਨੇ ਨੇ ਮਨ ਦੇ ਪਿਤਾ ਨਾਲ ਭਜਨ ਕਰਨ ਵਾਲੇ ਉਹਨਾਂ ਦੇ ਵਾਸਤੇ ਆਖਿਆ ਨਹੀਂ ਆਏ। ਸਤਯੁਗ ਦੇ ਭਗਤ ਜਿਹੜੇ ਅੱਜ ਭਜਨ ਕਰਨ ਵਾਲੇ ਪਾਸੇ ਲੱਗਦੇ ਨੇ, ਕਦਮ ਚੋਰੀ ਕਰਨ ਲੱਗਦੇ ਨੇ, ਕਦਮ ਕੁਝ ਕਰਦੇ ਨੇ, ਵੀ ਇਹਨਾਂ ਦੇ ਵਾਸਤੇ ਆ ਗਏ। ਭਗਵਾਨ ਨੇ ਆਖਿਆ ਵੀ ਜਿਹੜੇ ਉਹ ਲੋਕ ਹਨ ਉਹਨਾਂ ਵਿੱਚ ਜਿਹੜੀ ਮਾਇਆ ਸੋਚੀ ਹੋਈ ਉਹ ਭਗਤੀ ਕਰਨੀ ਵੀ ਔਖੀ ਹੈ ਹੀ ਨਹੀਂ। ਆਦਮੀ ਹਵਾਈ ਜਹਾਜ਼ ਚਾਹ ਕੇ ਫਟਾਫਟ ਭੱਜ ਜਾਂਦਾ, ਪਰ ਜਿਹੜਾ ਰੇਤੇ ਦੇ ਡਿੱਬਿਆਂ ਵਿੱਚ ਜਾਲ ਅਤੇ ਆੜ ਦੇ ਤੂਫਾਨ ਨੂੰ ਝਾੜ ਕੇ ਫਿਰ ਲੰਘਦਾ ਬਾਰੀ ਤਾਂ ਉਹਦੀ ਹੈ। ਸਮਝ ਆ ਗਈ ਵੀ ਤੰਦੂ ਦੇ ਪਾਪਾਂ ਦਾ ਭਾਰ ਪਹਿਣ ਕਰਕੇ ਸਾਰਾ ਕੁਝ ਹੈ, ਉਹ ਫਿਰ ਭਜਨ ਪਾਣੀ ਕਰਨ ਲੱਗ ਪਿਆ। ਤੋ ਕਲਯੁਗ ਦਾ ਅਸਰ ਇੰਨਾ ਅਗੜਾ ਹੈ ਜਿਹਦੇ ਵਿੱਚ ਨਿਕਲਣਾ ਬੜਾ ਔਖਾ ਹੈ। ਕਿਰਪਾ ਕਰਦੇ ਅਤੇ ਆਪਣੇ ਦੇਵਤਾ ਨੂੰ ਜਿਤਾ ਕੇ ਰੱਖਦੇ ਹਨ। ਇਸ ਦੁਆਰ 'ਤੇ ਸਭਨਾਂ ਨੂੰ ਬੜੀ ਕਿਰਪਾ ਹੈ। ਮੇਰਾ ਪਿਤਾ ਪਿਆਰਾ ਸਿੰਘ, ਉਹਨਾਂ ਪਿਤਾ ਜਾਤ ਸਿੰਘ, ਉਹਨਾਂ ਦਾ ਪਿਤਾ ਹਰੇਲਾ ਸਿੰਘ, ਬੜੇ ਸਾਧੂ ਸੰਸਾਰੀ ਇਹਨਾਂ ਦੇ ਆਮ ਤੌਰ 'ਤੇ ਲੱਗਦਾ ਅਤੇ ਬੋਝ ਨਾ ਬੋਝ ਨਹੀਂ ਲੱਗਦਾ। ਸਭਨਾਂ ਨੇ ਕਿਰਪਾ ਕੀਤੀ ਹੈ। ਮੈਂ ਜੇ ਉਹਨੂੰ ਵੇਖਣ ਲੱਗਾ ਕਿ ਨਾ ਤੋਂ ਇੰਡੀਆ ਵਾਲੇ ਪਾਸੇ ਨੂੰ ਕਿਸਾਨ ਜੀ ਇਹਨਾਂ ਨੇ ਦੇਖਿਆ, ਪੈਸੇ ਨਹੀਂ ਜਾਇਆ, ਧਨ ਬਰਾਤ ਨਹੀਂ ਗਿਆ, ਇੰਨੇ ਸੁੱਖੇ ਭਰਾ ਪਤਾ ਨਹੀਂ ਛੇ ਛੇ ਦੇ ਸੱਤ ਦੇ ਭਰਾ ਇਕੱਠੇ ਨੇ ਜਿਹੜੇ ਨੇ ਨਾਲ ਨਾਲ ਇਕੱਠੇ ਇਕੱਠੇ ਘਰ ਬਣੇ ਨੇ ਇਹਨਾਂ ਦੇ ਕਮਰੇ ਨਾਲ ਬਾਬਾ ਜੋੜਾਂ ਅਤੇ ਉਹਨਾਂ ਦੇ ਸ਼ਿਲਪਾਂ ਨਾਲ ਰਹਿੰਦੇ ਮਿਹਰਬਾਨੀ ਕਰਦੇ ਨੇ, ਮਜ਼ਾਰਾ ਵੀ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਹੈ ਇਹ ਸੰਸਾਰ ਤੋਂ ਲੈ ਕੇ ਜਾਣ ਵਾਲੀ ਚੀਜ਼ ਜਿੱਥੇ ਅੱਜ ਗੁਰੂ ਪੁੱਤਰ ਕੋਲ ਗਈ ਹੈ ਉਹ ਵੀ ਦੱਸਦੇ ਨੇ। ਇਹਨਾਂ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਇਸ਼ਨਾਨ ਕਰਕੇ ਅਤੇ ਬਾਹਰ ਨਿਕਲੀ ਗੁਰਖਾਨੇ ਤੋਂ, 3-4 ਕਦਮ ਤੁਰੀ ਹੈ ਤਾਂ ਉੱਥੇ ਡਿੱਗ ਗਈ ਬਸ, ਇਹ ਨਹੀਂ ਉਹਦਾ ਲੜਾਈ ਕਰਨ ਦਾ ਗੁਰਖਾਨੇ ਤੋਂ ਬਾਅਦ ਨਹੀਂ। ਇਹਨਾਂ ਦਾ ਖਿਆਲ ਹੈ ਕਿ ਉਹ ਸਰੀਰ ਚੱਲ ਗਿਆ ਤਾਂ ਡਿੱਗੀ ਉਹ। ਬੜੀ ਮੁਸ਼ਕਿਲ ਗੱਲ ਹੈ, ਸਾਰੀ ਉਮਰ ਆਦਮੀ ਤੰਦਰੁਸਤ ਹੋਵੇ, ਬੜਾ ਕੁਝ ਹੋਵੇ, ਬੜਾ ਗੀਤ ਸਮੇਂ ਜਿਹੜਾ ਇਸ ਤਰ੍ਹਾਂ ਦਾ ਗੁਰੂ ਕਿਰਪਾ ਹੀ ਕਰੇ ਮੇਰੇ ਕੋਲ ਅਤੇ ਪੂਰਾ ਕਰਾਉਣਾ ਹੋਵੇ। ਸੋ ਇਸ ਵੇਲੇ ਸਾਬਤ ਤੌਰ 'ਤੇ ਕੋਸ਼ਿਸ਼ ਹੋ ਗਈ ਹੈ ਕਿ ਮੈਂ ਬਹੁਤੇ ਪੈਸੇ ਕਮਾ ਲਵਾਂ, ਬਹੁਤੇ ਦੇਸ਼ਾਂ ਨੂੰ ਆਪਣੇ ਇਕੱਠਾ ਕਰ ਲਵਾਂ। ਇਸ ਗੱਲ ਨਾਲ ਸਾਰੀ ਦੁਨੀਆਂ 'ਤੇ ਅੱਗ ਲੱਗੀ ਹੈ। ਇਸ ਵੇਲੇ ਜਿਹਨਾਂ ਵਸਨੀਕ ਕਹਿੰਦੇ ਆ ਕਿ ਉਹ ਨਾਸਤਿਕ ਆਦਮੀ ਨੇ ਉਹਨਾਂ ਦੀ ਤਾਂ ਗੱਲ ਕਰਦੇ, ਜਿਹੜੇ ਨਾਸਤਿਕ ਆਦਮੀ ਨੇ ਮੰਨਣ ਵਾਲੇ ਸਾਡੇ ਵਿਚਾਰ ਵੀ ਇਸ ਪਾਸੇ 'ਤੇ ਹੋ ਗਏ ਨੇ। ਅਸੀਂ ਬਹੁਤੇ ਦੇਸ਼ ਕੰਮ ਕਰ ਲਈਏ, ਬਹੁਤਾਂ ਨੂੰ ਇਕੱਠਾ ਕਰ ਲਈਏ, ਆਪਣੀ ਮੰਡੀ ਚਲਾਈਏ ਸਾਰਿਆਂ ਨੇ। ਪਰ ਸਗਲਾਂ ਨੇ ਜੋ ਕੁਝ ਬਾਣੀ 'ਚ ਲਿਖਿਆ ਜਿਸ ਨੇ ਬੁੱਧੀ ਬਹੁਤ ਰੰਗ ਪਾਇਆ ਨਾਮ ਲੈ ਸਰਵ ਸੁਖ ਪਾਇਆ ਜਿਤਨਾ ਮਿਲੇ ਕੀ ਬੁੱਝੀ ਹੈ ਕੋਟ ਜੋਰੇ ਲਾਭ ਕਰੋੜੇ ਮਾਨਾ ਹੋ ਰਿਹਾ ਪਰਾ ਪਰਾ ਹੀ ਹੋ ਜਾਂਦੀ ਹੈ।
सब नटे लक और धावा कितना आवा माया पाशा गावा इस तो विचार बगैर साथ साथ मंदिर तो बगैर सगड़ों के हुकुमत के भजन तो नहीं हो सकता। मैं देखता था इसे सगड़ों ने कृपा की साड़ी कोई बात नहीं करी तो यह नौजवान मुंडे साड़ी बिना इतने बैठ के भजन करते हैं तो नौजवान मुंडे ने जिन्हें हम दस साल तक काज करके जिन्होंने को पाया इस बात को कितना बड़ा होता है। क्यों नहीं पानी लाए जो संध्या में जो बाहर जाके हरियाली मारो पैर में कुछ हो जाए हथान कोई हो जाए वो बस बहुत रुचि लगती है आदमी ट्रैक्टर से सारी सारी ध्यान बनाई जाओ पर साथ में वाले पास उन्होंने एक जरा कबीर जी जता जो गया उन्होंने वेख्या ना जिम्मेदार सन उन्होंने वेख्या कि उन्होंने आके बसर धोते नहीं बसर धोने पाए ने फिर उन्होंने वजिया प्रचार बनाया गया तो जिम्मेदार ने सोचा कि बड़े सौखे इन्होंने लाल लग गए जाते उन्होंने दूसरे आख्या भी सामने कुछ अपने नाल लाल उन्होंने आख्या आ जाओ उन्होंने स्नान पानी कराया चार पानी पकाया बाल बंदू की वस्त्र चंगे पाए तो आके चार पानी पकड़ा ने आओ भी बैठिए भजन करिए जो भजन करन लगे तो फिर उन्होंने पता भी नहीं क्या होगी उस वे उन्होंने को बैठा ना जाए ਸਗੜਾ ਨੇ ਐਵੇਂ ਪਾਣੀ ਦੇਖਿਆ ਆਪਣੇ ਔਖਾ ਸਾਚਾ ਨਾ ਜਿਹੜੇ ਹੋਰ ਬੜਾ ਕੁਝ ਲੜਾਈ ਲੜ ਕੇ ਬੰਦੇ ਮਾਰ ਕੇ ਬੜਾ ਕੁਝ ਹੁੰਦਾ ਪਰ ਰਾਮ ਲੈਣਾ ਜਿਹੜੇ ਨੇ ਬੜਾ ਜਿਹੜਾ ਕੁਝ ਅਸੀਂ ਕਰਦੇ ਹਾਂ ਇੱਥੇ ਦੁੱਖ ਹੁੰਦਾ ਉੱਥੇ ਵੇਖ ਵਾਸਤੇ ਸੁੱਖ ਲੈਣ ਵਾਸਤੇ ਰਾਜ ਲੈਣਾ ਤਾਂ ਸੁੱਖ ਲੈਣ ਵਾਸਤੇ ਜੇ ਕਿਸੇ ਦੁੱਖ ਨੂੰ ਮਾਰਨਾ ਤਾਂ ਸੁੱਖ ਲੈਣ ਵਾਸਤੇ ਸਗੜਾ ਨੇ ਬਾਣੀ ਵੀ ਲਿਆ ਕਿ ਨਾਮ ਲੈ ਸਰਵ ਸੁੱਖ ਪਾਇਆ ਇਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ ਸਾਨੂੰ ਕਿਰਪਾ ਕਰੇ ਅਤੇ ਸਾਰੀ ਸਾਰੀ ਦੁਨੀਆਂ ਨੂੰ ਕਿਰਪਾ ਆਵੇ ਉਹ ਨਾਮ ਜੁੜਨ ਵਾਲੇ ਪਾਸੇ ਲੱਗੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਜ਼ਰੂਰ ਮੈਨੂੰ ਦੇ ਗਈ ਜਿਹੜੀ ਪੀੜ ਉਹਦੀ ਹੋਈ ਉਹਨੇ ਕਿਸੇ ਨੂੰ ਜੋਗਿਆ ਤਾਂ ਕਰਦੀ ਹੈ ਘੰਟਾ ਨਾਮ ਸੁਣਨ ਹਰ ਨਾਮਧਾਰੀ ਹਰ ਪਰਿਵਾਰ ਦਾ ਜੀ ਜਿਹੜਾ ਉਹ ਜ਼ਰੂਰ ਕਰੇ ਜਦੋਂ ਬੱਚਾ ਜਨਮ ਲਵੇ ਉਸੇ ਵੇਲੇ ਤੋਂ ਉਹਦਾ ਉਹਦੇ ਮਾਤਾ ਪਿਤਾ ਦੇ ਜਿਹੜੇ ਨਾਮ ਉਹਦਾ ਸੁਣਨ ਜਿਹੜਾ ਇੱਕ ਘੰਟਾ ਪੂਰਾ ਕਰਨਾ ਸ਼ੁਰੂ ਕਰ ਦੇਣਾ ਉਹ ਵੇਲੇ ਜਵਾਨ ਹੋਏ ਤੋਂ ਆਪਾਂ ਨੂੰ ਕਾਕਾ ਦੇਖ ਆਦੇ ਰਹੇ ਇੰਨੇ ਘੰਟੇ ਪੂਰੇ ਹੋਏ ਨੇ ਤੂੰ ਕਰ ਪਰਿਵਾਰ ਹਰ ਜੀ ਦਾ ਇੱਕ ਪਰਿਵਾਰ ਜ਼ਰੂਰ ਕਰੋ ਅੱਜ ਦਾ ਕਰਨ ਜੋ ਦਰਮ ਦਾ ਕਰਨ Thank you.
हाँ इधर और ठीक है इस तरह ठीक है खुले सच पाया बरताना जी पता नहीं किनू बरताना जी सच पाया खुले बरताना अगले सिरे लंघ जाना जी नहीं मेरी कोई ऐसी गल नहीं क्या आ रहे हो जो बच्चों काम आने दूंगा
पीछे रहो पीछे थोड़ा। दर्शन नु सदया जी थे दर्शन नु बुला के लाई तेरे ना के ओ दर्शन नु बुला के लाई दर्शन कर ले पीछे थोड़े पीछे जनाल पीछे प्रताप बैठो
ਜੀ नहीं वैसे नहीं करता तो जो भाई गल ज्यादा है तू साडे घर दे उत्थे थाली च हां खुल्ला ही दे यार आई जवाब खाण वाला चल चल नहीं बापू गां दे तुसी इनन पूरे करो कम इधर सोल्डरिंग आ रहा है ਬੈਂਕੋਕ ਦੇ ਉੱਥੇ ਜਿਹੜਾ ਏਟੀਐਮ ਸਟੋਰ ਹੈ ਨਾ ਜੀ ਹਾਂਜੀ ਉਹ ਮਿਲੇ ਉਹਨਾਂ ਜਨਤਾ
ऊपर ऊपर
उस सीरीज च मैं नवी चीजा होर शुरू कर रहा एक लाई नहीं और ये होर भी आनिया ने इस वहाबी भी आने ने रैबल दगेंस स्कूल के ये पंडित जी भी आने ने ये गांधी भी आने जो रेगुलेशन 3 के अंडर 88 में फड़े गए थे ठीक है ये एक वॉल्यूम नहीं होएगी ये तो मेरे को 10 वॉल्यूम है ठीक है ये सो सीरीज च लेवल है गल ये होंगी जो सारे इंडिया के हिस्ट्री च आए गल एक थोनी ये भी मैं स्ट्रगल फॉर फ्री हिंदुस्तान लिखा ला Arrangements must be also be made that the members of this sect may not be allowed to assemble. हाँ जी, may not be allowed to assemble. अच्छा जी, ये अमेरिका की बढ़िया जा रही है मेरी अभी तक तो. नहीं वो आगे मांगे थे फिर जाना, नहीं वो आगे मांगे थे जाना, हाँ जाने वो लेके जा. डिस्ट्रीब्यूटर है उसे बड़िया जा रही है बाहर क्योंकि अंबेसियां खरीदिया होंगे ने यह हैगा जी नॉट हार्ड बम केस पब्लिशर भेजा और निर्मल पब्लिशर हां बाबा जी गए बाबा जी महाराज गए श्री जाना है ये एक नहीं एक सीरीज नहीं होगी जिस तरह ये 12 13 दिन स्ट्रगल फॉर फ्री हिंदुस्तान दिया ਉਸੀਆਂ ਵੀ ਮੇਰੇ ਪਾਸ 10-12 ਤਿਆਰ ਨੇ ਰੈਗੂਲੇਸ਼ਨ 3 of 1818 ਦੀਆਂ 1947 ਤੱਕ ਜਿੱਥੇ ਗਾਂਧੀ ਵੀ ਫੜਿਆ ਗਿਆ ਅਤੇ ਉਹ ਵੀ ਫੜੇ ਗਏ ਨੇ ਅਤੇ ਗਾਂਧੀ ਦੇ ਫਾਸਟਾਂ ਵੀ ਮੇਰੇ ਕੋਲ ਹੈ ਵੀ ਇਹਦੀ ਠੱਗੀ ਕੀ ਹੈ ਪਹਿਲਾਂ ਤਾਂ ਆਪਾਂ ਇਹਨਾਂ ਦਾ ਤਿੰਨਾਂ ਦੀ ਇੱਕ ਪੁਸਤਕ ਬਣਾਉਣੀ ਨਾ ਇਹੀ ਜੀ ਬਣਾਉਣੀ ਹਾਂਜੀ ਇਹਨਾਂ ਤਿੰਨਾਂ ਦੀਆਂ ਸੀਰੀਜ਼ ਆ ਚੱਲੀਆਂ ਅਤੇ ਉਸ ਤੋਂ ਅਗਲੇ ਡਾਕੂਮੈਂਟ 'ਤੇ ਫੇਰ ਸ਼ੁਰੂ ਕਰਾਂਗੇ ਉਹ ਸਾਡਾ ਜਿਹੜਾ ਉਹ ਸਾਡੀ ਪਹਿਲਾਂ ਹੀ ਛਪ ਚੁੱਕੀ ਹੈ ਫਿਰ ਫਿਰ ਮੇਰੇ ਪਾਸ ਇਹੀ ਹੈ ਹਾਂਜੀ 1863 to 1872 ਉਹਦੀ ਹੈ ਰੈਬਲਸ ਅਗੇਂਸਟ ਬ੍ਰਿਟਿਸ਼ ਰੂਲ ਸੀਰੀਜ਼ ਉਹਦਾ ਹੁਣ ਪੰਜਾਬੀ 'ਚ ਤਰਜਮਾ ਹੋ ਰਿਹਾ ਉਹ ਖੈਰ ਉਹ ਤਾਂ ਫਿਰ ਅੱਜ ਛਾਪਾਂਗੇ ਇਹ ਰੈਬਲਸ ਅਗੇਂਸਟ ਬ੍ਰਿਟਿਸ਼ ਰੂਲ ਨੰਬਰ 2 ਇਹਨੂੰ ਕਹਾ ਜਿਹੜੇ 1880 ਤੋਂ ਬਾਅਦ ਸਾਰੇ ਹੀ ਆਉਣਗੇ ਉਹਦੇ 'ਚ ਆਪਣੇ ਆਦਮੀ ਵੀ ਆਉਣੇ ਨੇ ਉਹਦੇ 'ਚ ਜਿਹੜੇ ਰੈਗੂਲੇਸ਼ਨ 380 ਦੇ ਸਮਝੋ ਬਈ 1800-1903 ਤੱਕ ਅਖੀਰ ਕੂਕਾ ਉੱਥੇ ਜਿਉਂਦਾ ਰਿਹਾ ਆਪਣੇ ਉਹਦੇ ਵਿੱਚ ਬਰਮਾ 1903 ਲਾਗੂ ਹੋਇਆ 1818 ਇਹਨੂੰ ਕਾਲਾ ਕਾਨੂੰਨ ਕਹਿੰਦੇ ਨੇ ਉਦੋਂ ਉਹ ਇਹ ਅੱਡ ਹੀ ਆ ਜਾਣੀ ਹੈ ਸਾਰੇ ਹਿੰਦੁਸਤਾਨ ਦੀ ਇਹ ਕੱਲੀ ਇਸੇ ਦੀ ਇਹ ਤਾਂ ਹੋ ਗਿਆ ਨਾ ਜੀ ਅੱਡ ਸਾਡਾ ਬਾਕੀ ਜਗ੍ਹਾ ਵੀ ਐਵੇਂ ਕਿਵੇਂ ਆਏਗਾ ਉਹਦੇ ਵਿੱਚ ਇਕੱਠਾ ਸਾਡਾ ਵੀ ਆਏਗਾ ਹੋਰਾਂ ਦਾ ਵੀ ਆਏਗਾ ਮਸਲਨ 1803 ਵਿੱਚ ਜਿਹੜਾ ਖੀਬਾ ਉਹ ਬਰਮਾ ਸੀ ਬਾਦਸ਼ਾਹ ਜਿਹੜਾ ਸੀ ਬਰਮਾ ਦਾ ਉਹਨੂੰ ਸਾਡੇ ਪੰਜਾਬ 'ਚ ਕੈਦ ਕੀਤਾ ਹੋਇਆ ਸੀ ਉਹ 1803 ਪੰਜਾਬ 'ਚ ਮਰਿਆ ਅਤੇ ਸਾਡਾ ਜਿਹੜਾ ਕੂਕਾ ਸਾਹਿਬ ਸੀਗੇ ਕੀ ਸੀ ਉਹਨੇ ਮੈਨੂੰ ਨਾ ਭੁੱਲ ਜਾਂਦਾ ਬਾਬੇ ਲੱਖਾ ਸਿੰਘ ਹੋਰੀ ਹਾਂ ਬਾਬੇ ਲੱਖਾ ਸਿੰਘ ਹੋਰੀ ਮਹਾਰਾਜ ਜੀ ਉਹਨਾਂ ਦਾ ਪੁੱਤਰ ਵੀ ਸਤਿਗੁਰੂ ਮਹਿੰਦਾ ਸਿੰਘ ਜੀ ਵੀ ਇੱਥੇ ਆਇਆ ਸੀ ਇੱਥੇ ਹਾਂਜੀ ਅੱਛਾ ਜੀ ਅਤੇ ਉਹ ਬਾਬਾ ਲੱਖਾ ਸਿੰਘ ਹੋਰੀ ਉੱਥੇ ਉੱਥੇ ਜਾਏ ਕਿਤੇ ਹਾਂ ਉੱਥੇ ਕਿਹੜੇ ਮਹਾਰਾਜ ਕੋਈ ਨੀ ਰੱਖੀ ਇਕੱਲੇ ਸੈਕਟ ਸਾਰੇ ਹਿੰਦੁਸਤਾਨ 'ਚ ਅਸੀਂ ਆਪਣਾ ਇਹਦੇ ਵਿੱਚ ਵੀ ਮੈਂ ਇਹੀ ਕਰ ਰਿਹਾ ਅਸੀਂ ਆਪਣੇ ਆਪ ਨੂੰ ਸਾਰੇ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਲਿਆਉਣਾ ਮੈਂ ਇਸ ਕਰਕੇ ਪੁੱਛ ਰਿਹਾ ਇੱਕ ਆਦਮੀ ਦਾ ਮਤਲਬ ਕੀ ਹੈ ਆਹ ਦੇਖੋ ਆਹ ਸਟਰਗਲ ਫਾਰ ਫ੍ਰੀ ਹਿੰਦੁਸਤਾਨ ਹੈ ਨਾ ਜਿਹੜੀ ਇਹਦੇ ਵਿੱਚ ਮੈਂ ਇਹ ਲਾਰਡ ਹਾਰਟ ਬੰਬ ਕੇਸ ਇਹਦੋਂ ਪਹਿਲਾਂ ਜਿਹੜਾ ਉਹ ਗਦਰ ਮੂਵਮੈਂਟ ਹੈ ਇਹਦੋਂ ਪਹਿਲਾਂ ਜਿਹੜੀ ਨੰਬਰ 2 ਨਿਕਲ ਚੁੱਕੀ ਹੈ ਉਹ ਹੈਗੀ ਪੋਲੀਟੀਕਲ ਈਵੈਂਟ
फ्रॉम 1907 टू 9 उस महाराज जी मैं भेजी आई वॉल्यूम थोड़ी तो है नहीं ते दूजी वॉल्यूम फिर मैं पहली वॉल्यूम तो आ गई सी इन्होंने हाथ पे उठो ले पूछी लाएगा जिथे पैराडाइज है पैनी साहब ते राजेंद्रा प्रसाद का ते मेरे पास जेड़ा सीक्रेट सरदार पंडौर दा हां ठीक है अच्छा ओ जेडी ओ डायरी तेरी लबी फिर ओदी केडी थी लब गई है सतगुना ने बड़ा ओरे ओरे कौन लबी है जदाई कर गया हैं वो तो थोड़ा ही थी नहीं नहीं वो तो मंगल सिंह ने वो थोड़ा थी तेरा चंडीगढ़ जाएगी ज्यादा हां यार ओदे को गंडा सिंह लड़का दस के गया मैं आऊंगा लुधियाना जरूर फॉलो करनी है क्योंकि गवर्नमेंट ने एक दफा ऑर्डर बाकी सारे चले चलो अपने अपनी जगह बह के काम करो
पैर रखना कर दे बस रास्ते चलो चलो इतने जरा बच के भी कार ना लग जाए चलो जी माता जी ने आज Thank you.
खुली है जी सारी सगो अपने ध्यान Thank you.
ਉਹਦੇ ਨਾਲ ਕੰਫਲਿਕਟ ਸੀ ਪਰਸੋਂ ਤੇ ਕੱਲ ਆਈ ਕੇ ਦਾ No.
Thank you.
चार बजे में
हमारे मातमे से होती है, हमारे यहाँ कोई घर नहीं बनाया जाते, बड़ा हॉल है वो भी बनाया गया।
इतो जरा रास्ता ले लो थोड़ा जा रास्ता ले लो है आज तुम आज पिछे हटी चलो जरा मत्था टेक के दो
जवाब ही दे गया कहना जी 100 रुपया लो मैथों बीबी जरा बच्चा के बूट ला के लियो हां जी तुम क्या जी एक लिस्ट बना ले सारी हां ना फिर आप ही करवा दो ये आप कैसे खड़ा जी तो उठ के तुरया फिर किथे सारा तो पूरी तरह लिस्ट हो तो हूं मैं इथे बना के भेज दूंगा तो जनाब आ किता ना काम ओनू गया नहीं ਮੱਥਾ ਜਿਹੜੇ ਟੇਕ ਚੁੱਕੇ ਨੇ ਉਹ ਜਰਾ ਬਾਹਰ ਹੋਈ ਚੱਲਣ ਹੋ ਜਾਇਆ ਪਾਲਾਂਗੇ ਗੋਪਾਲ ਤੁਸੀਂ ਜਰਾ ਇੱਧਰ ਹੋ ਕੇ ਨਾ ਥਾਂ ਕਰਾ ਮੈਂ ਜਰਾ ਛੇਤੀ
बार बार कर लो। हाँ हाँ बार कर लो भाई। पहला सेंगा अगर मंसर डालना है। सेंगा पत्ते हैं। हम मेरे करीब ही आ रहे हैं। किसी आओ लेके। उसी टेक लो। सारे जिन्ने शरीर इतने आए हो सारे किसी ना किसी धर्म के मानते ही हो गए मेरे तड़के किन्ने उठते हो तो जिस धर्म मानते हो वो मुताबक कोई नाम सुन कोई बाणी वो किन्ने पढ़ते हो पानी बारी आ जाए उठना पैजे उठना पैजे भजन करने वास्ते अपने धर्म के काम वास्ते नहीं सवेरे उठते लड़ाई झगड़े का बहुत वड्डा युग है झगड़े होके ईर्खा तो बचो आप ध्यान करो जो तुम लोग किसी ना लड़ते हो गाला कड़ते हो उस वे तुहाडे मन की अवस्था किस तरह नहीं होंगी है अग लगी होंगी अंदर जिस वे छड़ दें अंदरों फिर किस तरह नहीं होंगी
तगड़े होके उदम करो, तड़के उठा करो, अपने अपने धर्म अनुसार सवेरे उठ के भजन करा करो। इस संसार तो अस सारे जाना है, इसलिए जेडे बाणी पढ़ने वाले हो कदे सोचा करो, साडे ते नहीं ये गल वापरदी, खाना पीना हसना सौना विसर गया है मरना, इहनू चंगी तरह चेता रखो ताकि संसार तो जो जाना है असीं अपनी यात्रा सफल करिए, दुख रूप संसार च फिर ना साडा आना जाना। मंडी विच और तवा मंडी श्री मान पंडित गोपाल सिंह जी के घर चरण पाए थे 17/9/1988 तवा मंडी विच श्री मान पंडित गोपाल सिंह जी के घर चरण नमस्कार कर लो जी।
ਮਤਲਬ ਹੈ ਮੰਡੀ ਸੰਤ ਜੋਰਾ ਸਿੰਘ ਜੀ ਦੇ ਘਰ ਸੱਚ ਪਾਤਸ਼ਾਹ ਜੀ 17/9/1988 ਨੂੰ ਕਿਰਪਾ ਕੀਤੀ। दो त्रै मिलिया सी, ओह बड़े भैड़े कपड़े पाए सी, चल गया हरदेव पर।
ਤੇ ਨਾਮਦੇਵ ਦੇ ਡੇਰੇ ਸੱਚ ਪਾਤਸ਼ਾਹੀ ਕਿਰਪਾ ਕੀਤੀ 17/9/1988 ਸੁਬਾਈ ਥੋੜ੍ਹਾ ਜਿਹਾ ਪਿੱਛੇ ਨੂੰ ਸੁਬਾਈ ਥੋੜ੍ਹਾ ਜਿਹਾ अवस्था के नहीं हुई है Okay.
पिंड तेंगड़ा 17/9/1988 तू गुरजाला आप मोरे हो टेको टेको मथा
available in villages. ਇਹਨਾਂ ਦਾ ਨਾਂ ਹੈਗਾ ਜੀ।